ਤਾਂ ਪੀਐਮ ਨਰਿੰਦਰ ਮੋਦੀ ਨੇ ਸੰਭਾਵੀ ਮੰਤਰੀਆਂ ਦੇ ਨਾਲ ਵਿਚਾਰ ਚਰਚਾ ਕੀਤੀ ਹੈ, ਵਿਚਾਰ ਵਟਾਂਦਰਾ ਕੀਤਾ ਗਿਆ। ਤਾਂ ਪੀਐਮ ਹਾਊਸ 'ਚ ਸੰਭਾਵੀ ਮੰਤਰੀਆਂ ਦੇ ਨਾਲ ਚਾਹ ਦੇ ਉੱਤੇ ਚਰਚਾ ਹੋਈ ਹੈ। ਨਿਤਿਨ ਗਡਕਰੀ, ਰਾਜਨਾਥ ਸਿੰਘ ਤੇ ਅਮਿਤ ਸ਼ਾਹ ਵੀ ਇਸ ਬੈਠਕ ਦੇ ਵਿੱਚ ਸ਼ਾਮਲ ਹੋਏ ਨੇ। ਇਸ ਤੋਂ ਇਲਾਵਾ ਅਰਜੁਨ ਰਾਮ ਮੇਘਵਾਲ, ਜੈਨ ਚੌਧਰੀ, ਐਚ ਡੀ ਕੁਮਾਰ ਸਵਾਮੀ ਵੀ ਸ਼ਾਮਲ ਹੋਏ ਨੇ। ਤਾਂ ਰਮਨੀਕ ਬਿੱਟੂ ਨੇ ਵੀ ਪੀਐਮ ਦੇ ਨਾਲ ਮੁਲਾਕਾਤ ਕੀਤੀ ਹੈ। ਤਾਂ ਦੱਸ ਦਈਏ ਕਿ ਇਸ ਬੈਠਕ ਦੇ ਵਿੱਚ ਪੰਜਾਬ ਤੋਂ ਰਵਨੀਤ ਬਿੱਟੂ ਵੀ ਸ਼ਾਮਲ ਹੋਏ ਨੇ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੋ ਸਕਦਾ ਹੈ ਇਹਨਾਂ ਨੂੰ ਵੀ ਕੈਬਿਨੇਟ ਦੇ ਵਿੱਚ ਲਿਆ ਜਾਵੇ। ਹਾਲਾਂਕਿ ਜਦੋਂ ਵੀ ਕੋਈ ਚਾਹ ਦੇ ਉੱਤੇ ਅਜਿਹੀ ਚਰਚਾ ਹੁੰਦੀ ਹੈ ਤਾਂ ਸੰਭਾਵੀ ਮੰਤਰੀ ਹੀ ਇਸ ਚਾਹ ਦੇ ਵਿੱਚ ਪਹੁੰਚਦੇ ਨੇ। ਤਾਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਰਵਨੀਤ ਬਿੱਟੂ ਨੂੰ ਵੀ ਕੋਈ ਵੱਡੀ ਜ਼ਿੰਮੇਵਾਰੀ ਜੋ ਹੈ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹਰਦੀਪ ਪੁਰੀ ਵੀ ਚਾਹ ਦੀ ਚਰਚਾ ਦੇ ਵਿੱਚ ਸ਼ਾਮਲ ਹੋਏ ਨੇ। ਪ੍ਰਹਲਾਦ ਜੋਸ਼ੀ, ਰਾਮ ਮੋਹਨ ਨਾਇਡੂ, ਅਨੁਪ੍ਰਿਆ ਪਟੇਲ, ਜੀਤਨ ਰਾਮ ਮਾਂਝੀ ਵੀ ਇਸ ਬੈਠਕ ਦੇ ਵਿੱਚ ਮੌਜੂਦ ਨੇ। ਤਾਂ ਦੱਸ ਹਾਲਾਂਕਿ ਸਵੇਰੇ ਪਹਿਲਾਂ ਇਹ ਖਬਰ ਸਾਹਮਣੇ ਆਈ ਸੀ ਕਿ ਸਹੁੰ ਚੁੱਕਣ ਤੋਂ ਪਹਿਲਾਂ ਆਪਣੇ ਨਵੇਂ ਮੰਤਰੀਆਂ ਨੂੰ ਪੀਐਮ ਨਰਿੰਦਰ ਮੋਦੀ ਮਿਲ ਸਕਦੇ ਨੇ, ਨਵੇਂ ਮੰਤਰੀਆਂ ਦੇ ਨਾਲ ਚਾਹ ਦੇ ਉੱਤੇ ਮੁਲਾਕਾਤ ਕਰਨਗੇ। ਤਾਂ ਕੈਬਿਨੇਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਂਸਦਾਂ ਨੂੰ ਫੋਨ ਕਾਲ ਵੀ ਕੀਤੇ ਜਾ ਰਹੇ ਸੀ ਤੇ ਹੁਣ ਜੋ ਹੈ ਚਾਹ ਦੇ ਉੱਤੇ ਚਰਚਾ ਹੋਈ ਹੈ। ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨਿਤਿਨ ਗਡਕਰੀ, ਰਾਜਨਾਥ ਸਿੰਘ, ਅਮਿਤ ਸ਼ਾਹ, ਅਰਜੁਨ ਰਾਮ ਮੇਘਵਾਲ, ਜੈਨਤ ਚੌਧਰੀ, ਐਚ ਡੀ ਕੁਮਾਰ ਸਵਾਮੀ ਵੀ ਸ਼ਾਮਲ ਹੋਏ ਨੇ। ਰਮਨੀਤ ਬਿੱਟੂ ਦੇ ਨਾਲ ਨਾਲ ਦੱਸ ਦਈਏ ਕਿ ਹੋਰ ਵੀ ਹਰਦੀਪ ਪੁਰੀ, ਇਸ ਤੋਂ ਇਲਾਵਾ ਪ੍ਰਹਲਾਦ ਜੋਸ਼ੀ, ਰਾਮ ਮੋਹਨ ਨਾਇਡੂ, ਅਨੁਪ੍ਰਿਆ ਪਟੇਲ, ਜੀਤਨ ਰਾਮ ਮਾਂਝੀ ਵੀ ਇਸ ਬੈਠਕ ਦੇ ਵਿੱਚ ਮੌਜੂਦ ਨੇ। ਅੱਜ ਸ਼ਾਮ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਪੀਐਮ ਨਰਿੰਦਰ ਮੋਦੀ ਤੀਜੀ ਵਾਰ ਪੀਐਮ ਅਹੁਦੇ ਦਾ ਹਲਫ ਲੈਣਗੇ ਤੇ ਇਸ ਦੇ ਨਾਲ ਹੀ ਕੈਬਨਿਟ ਮੰਤਰੀਆਂ ਦੇ ਵੱਲੋਂ ਵੀ ਸ਼ਪਥ ਜੋ ਹੈ ਉਹ ਲਈ ਜਾਵੇਗੀ। ਤਾਂ ਦੱਸ ਦਈਏ ਕਿ ਅੱਜ 7:15 ਵਜੇ ਰਾਸ਼ਟਰਪਤੀ ਭਵਨ ਦੇ ਵਿੱਚ ਪੀਐਮ ਨਰਿੰਦਰ ਮੋਦੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਤਾਂ ਪੀਐਮ ਨਰਿੰਦਰ ਮੋਦੀ ਨੇ ਸੰਭਾਵੀ ਮੰਤਰੀਆਂ ਦੇ ਨਾਲ ਵਿਚਾਰ ਚਰਚਾ ਕੀਤੀ ਹੈ, ਵਿਚਾਰ ਵਟਾਂਦਰਾ ਕੀਤਾ ਗਿਆ। ਤਾਂ ਪੀਐਮ ਹਾਊਸ 'ਚ ਸੰਭਾਵੀ ਮੰਤਰੀਆਂ ਦੇ ਨਾਲ ਚਾਹ ਦੇ ਉੱਤੇ ਚਰਚਾ ਹੋਈ ਹੈ। ਨਿਤਿਨ ਗਡਕਰੀ, ਰਾਜਨਾਥ ਸਿੰਘ ਤੇ ਅਮਿਤ ਸ਼ਾਹ ਵੀ ਇਸ ਬੈਠਕ ਦੇ ਵਿੱਚ ਸ਼ਾਮਲ ਹੋਏ ਨੇ। ਇਸ ਤੋਂ ਇਲਾਵਾ ਅਰਜੁਨ ਰਾਮ ਮੇਘਵਾਲ, ਜੈਨਤ ਚੌਧਰੀ, ਐਚ ਡੀ ਕੁਮਾਰ ਸਵਾਮੀ ਵੀ ਸ਼ਾਮਲ ਹੋਏ ਨੇ। ਤਾਂ ਰਮਨੀਤ ਬਿੱਟੂ ਨੇ ਵੀ ਪੀਐਮ ਦੇ ਨਾਲ ਮੁਲਾਕਾਤ ਕੀਤੀ ਹੈ। ਤਾਂ ਦੱਸ ਦਈਏ ਕਿ ਇਸ ਬੈਠਕ ਦੇ ਵਿੱਚ ਪੰਜਾਬ ਤੋਂ ਰਵਨੀਤ ਬਿੱਟੂ ਵੀ ਸ਼ਾਮਲ ਹੋਏ ਨੇ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੋ ਸਕਦਾ ਹੈ ਇਹਨਾਂ ਨੂੰ ਵੀ ਕੈਬਿਨੇਟ ਦੇ ਵਿੱਚ ਲਿਆ ਜਾਵੇ। ਹਾਲਾਂਕਿ ਜਦੋਂ ਵੀ ਕੋਈ ਚਾਹ ਦੇ ਉੱਤੇ ਅਜਿਹੀ ਚਰਚਾ ਹੁੰਦੀ ਹੈ ਤਾਂ ਸੰਭਾਵੀ ਮੰਤਰੀ ਹੀ ਇਸ ਚਾਹ ਦੇ ਵਿੱਚ ਪਹੁੰਚਦੇ ਨੇ। ਤਾਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਰਵਨੀਤ ਬਿੱਟੂ ਨੂੰ ਵੀ ਕੋਈ ਵੱਡੀ ਜ਼ਿੰਮੇਵਾਰੀ ਜੋ ਹੈ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹਰਦੀਪ ਪੁਰੀ ਵੀ ਚਾਹ ਦੀ ਚਰਚਾ ਦੇ ਵਿੱਚ ਸ਼ਾਮਲ ਹੋਏ ਨੇ। ਪ੍ਰਹਲਾਦ ਜੋਸ਼ੀ, ਰਾਮ ਮੋਹਨ ਨਾਇਡੂ, ਅਨੁਪ੍ਰਿਆ ਪਟੇਲ, ਜੀਤਨ ਰਾਮ ਮਾਂਝੀ ਵੀ ਇਸ ਬੈਠਕ ਦੇ ਵਿੱਚ ਮੌਜੂਦ ਨੇ। ਤਾਂ ਦੱਸ ਹਾਲਾਂਕਿ ਸਵੇਰੇ ਪਹਿਲਾਂ ਇਹ ਖਬਰ ਸਾਹਮਣੇ ਆਈ ਸੀ ਕਿ ਸਹੁੰ ਚੁੱਕਣ ਤੋਂ ਪਹਿਲਾਂ ਆਪਣੇ ਨਵੇਂ ਮੰਤਰੀਆਂ ਨੂੰ ਪੀਐਮ ਨਰਿੰਦਰ ਮੋਦੀ ਮਿਲ ਸਕਦੇ ਨੇ, ਨਵੇਂ ਮੰਤਰੀਆਂ ਦੇ ਨਾਲ ਚਾਹ ਦੇ ਉੱਤੇ ਮੁਲਾਕਾਤ ਕਰਨਗੇ। ਤਾਂ ਕੈਬਿਨੇਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਂਸਦਾਂ ਨੂੰ ਫੋਨ ਕਾਲ ਵੀ ਕੀਤੇ ਜਾ ਰਹੇ ਸੀ ਤੇ ਹੁਣ ਜੋ ਹੈ ਚਾਹ ਦੇ ਉੱਤੇ ਚਰਚਾ ਹੋਈ ਹੈ। ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨਿਤਿਨ ਗਡਕਰੀ, ਰਾਜਨਾਥ ਸਿੰਘ, ਅਮਿਤ ਸ਼ਾਹ, ਅਰਜੁਨ ਰਾਮ ਮੇਘਵਾਲ, ਜੈਨਤ ਚੌਧਰੀ, ਐਚ ਡੀ ਕੁਮਾਰ ਸਵਾਮੀ ਵੀ ਸ਼ਾਮਲ ਹੋਏ ਨੇ। ਰਵਨੀਤ ਬਿੱਟੂ ਦੇ ਨਾਲ ਨਾਲ ਦੱਸ ਦਈਏ ਕਿ ਹੋਰ ਵੀ ਹਰਦੀਪ ਪੁਰੀ, ਇਸ ਤੋਂ ਇਲਾਵਾ ਪ੍ਰਹਲਾਦ ਜੋਸ਼ੀ, ਰਾਮ ਮੋਹਨ ਨਾਇਡੂ, ਅਨੁਪ੍ਰਿਆ ਪਟੇਲ, ਜੀਤਨ ਰਾਮ ਮਾਂਝੀ ਵੀ ਇਸ ਬੈਠਕ ਦੇ ਵਿੱਚ ਮੌਜੂਦ ਨੇ। ਅੱਜ ਸ਼ਾਮ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਪੀਐਮ ਨਰਿੰਦਰ ਮੋਦੀ ਤੀਜੀ ਵਾਰ ਪੀਐਮ ਅਹੁਦੇ ਦਾ ਹਲਫ ਲੈਣਗੇ ਤੇ ਇਸ ਦੇ ਨਾਲ ਹੀ ਕੈਬਨਿਟ ਮੰਤਰੀਆਂ ਦੇ ਵੱਲੋਂ ਵੀ ਸ਼ਪਥ ਜੋ ਹੈ ਉਹ ਲਈ ਜਾਵੇਗੀ। ਤਾਂ ਦੱਸ ਦਈਏ ਕਿ ਅੱਜ 7:15 ਵਜੇ ਰਾਸ਼ਟਰਪਤੀ ਭਵਨ ਦੇ ਵਿੱਚ ਪੀਐਮ ਨਰਿੰਦਰ ਮੋਦੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।